ਟੱਚ ਵੁੱਡ ਕਰ ਲੋ ਕਿਤੇ ਨਾ ਨੱਕ ਚ ਪਾਣੀ ਨਿਕਲਦਾ ਪਿਆ। ਲੇਟੈਸਟ ਮੇਕਅਪ ਕਰਕੇ ਆਈ ਆ ਨਾ, ਦੱਸਿਆ ਤਾਂ ਹੈ ਵੀ ਪਾਇਆ ਕੀ ਆਟੇ ਚ, ਹਰ ਜਗ੍ਹਾ ਤੇ ਜਾਂਦਾ ਵਾ ਤੇ ਰੌਲਾ ਤਾਂ ਪਾਉਂਦਾ ਹੀ ਆ। ਖਾਣ ਪੀਣ ਦਾ ਸਮਾਨ ਆਇਆ, ਪੂਰੀਆਂ ਬਾਪੂ ਨੂੰ ਖਵਾਈਆਂ, ਇੰਨਾ ਪਿਆਰ ਉਹਦੇ ਵਿੱਚ ਪਾਉਂਦਾ ਸਾਡੀ ਮਾਮੀ ਜੀ ਨੂੰ। ਹਾਏ ਹਾਏ, ਹੈਲੋ ਏਵਰੀਵਨ, ਹਾਊ ਆਰ ਯੂ? ਆਈ ਹੋਪ ਯੂ ਆਲ ਆਰ ਡੂਇੰਗ ਗ੍ਰੇਟ। ਤੇ ਅੱਜ ਅਸੀਂ ਜੋ ਆਏ ਹੈਗੇ ਆ, ਮੈਂ ਆਪਣੀ ਮਾਮੀ ਹੋਣਾ ਘਰ ਆਈ ਹੈਗੀ ਆ, ਉਹ ਦੇਖੋ ਮੈਂ ਉੱਧਰ ਦੇਖਦੀ ਪਈ ਹਾਂ, ਮੇਰੇ ਮਾਮੀ ਹੋਣਾ ਘਰ ਆਏ ਆ ਤੇ ਆ ਕੇ ਉਹਨਾਂ ਨੂੰ ਬਹੁਤ ਵਧੀਆ ਲੱਗਿਆ। ਕਿੰਨੀ ਦੇਰ ਬਾਅਦ ਆਏ ਹਾਂ, ਚਲੋ ਸਭ ਤੋਂ ਪਹਿਲਾਂ ਅਸੀਂ ਆਪਣੀ ਮਾਮੀ ਨੂੰ ਮਿਲਦੇ ਹਾਂ। ਹਾਂਜੀ ਮਾਮੀ ਜੀ, ਮਿਲੋ ਸਾਡੀ ਮਾਮੀ ਜੀ ਨੂੰ। ਹਾਂਜੀ, ਫਿਰ ਰੁਦਰਾਜ ਪਹਿਲੀ ਵਾਰ ਕਿਸੇ ਕੋਲ ਨਾ ਸੌ ਬੋਲ ਕੇ ਬੈਠੋ ਹੈ ਨਾ ਰੁਦਰਾਜ, ਪਰ ਇਹਦਾ ਧਿਆਨ ਸਾਰਾ ਟੀਵੀ ਦੇ ਵਿੱਚ ਹੈ ਨਾ, ਧਿਆਨ ਟੀਵੀ 'ਚ ਹੀ ਆ। ਇਹ 10 ਮਿੰਟ ਹੋ ਗਏ ਮੇਰੇ ਕੋਲ ਬੈਠੇ ਨੂੰ। ਹਾਂ 10 ਮਿੰਟ ਜੀ, ਬੱਚਾ ਕਿਸੇ ਕੋਲ 2 ਮਿੰਟ ਨਹੀਂ ਬੈਂਦਾ। ਹਾਂ, ਕੀ ਗੁੜਤੀ ਲਈ ਹੈ ਤੁਸੀਂ? ਇਹ ਮਾਤਾ ਰਾਣੀ ਦਾ ਆਸ਼ੀਰਵਾਦ ਹੈ। ਅੱਛਾ ਅੱਛਾ ਅੱਛਾ, ਆਸ਼ੀਰਵਾਦ ਆ ਜੋ ਕਿ ਹੱਥ ਹੈ ਤੇ ਫੇਰੇ ਆਵੋ ਤੁਸੀਂ। ਹਾਂ, ਇਸ ਕਰਕੇ ਹੈ। ਹਾਂਜੀ, ਇਸ ਕਰਕੇ ਹੈ। ਤਾਂ ਉਧਰ ਮੰਮੀ ਜੀ ਬੈਠੇ ਆ। ਹੈਲੋ, ਹਾਏ। ਉਧਰ ਪਾਪਾ ਜੀ ਬੈਠੇ ਆ। ਹਾਂ, ਤੇ ਮੰਮੀ ਕਹਿੰਦੇ ਸੀ ਪੂਰੀਆਂ ਬਾਪੂ ਨੂੰ ਖਵਾਈਆਂ, ਇੰਨਾ ਪਿਆਰ ਉਹਦੇ ਵਿੱਚ ਪਾਇਆ ਵਾ, ਦੱਸ ਨਹੀਂ ਸਕਦੇ। ਆਲੂ ਸਬਜ਼ੀ ਲੋਂਗੀ, ਤੇ ਇਧਰ ਮੇਰੇ ਪਤੀ ਦੇਵ ਜੀ, ਤੇ ਇਧਰ ਮੇਰੀ ਭੈਣ ਜੀ ਹੈ ਨਾ। ਭੈਣ ਜੀ, ਭੈਣ ਜੀ, ਹਾਂ ਤੁਸੀਂ ਹੋ ਤਾਂ ਭੈਣ ਜੀ, ਛੋਟੀ ਮੋਟੀ ਚ ਕੁੜੀਆਂ। ਹਾਂਜੀ, ਰੁਦਰਾਸ਼ੀ, ਰੁਦਰਾਸ਼ੀ ਦੀ ਮਾਸੀ ਆ। ਦਨ ਬੋਲੋ, ਰੁਦਰਾਸ਼ੀ ਦੀ ਮਾਸੀ ਨਹੀਂ ਹੋਇਆ ਪਿਆ ਵਾ ਕਲੈਪਿੰਗ ਹੋ ਗਈ। ਆਏ ਹਾਏ, ਕਲੈਪਿੰਗ ਕਰ ਦੋ ਆਏ। ਅੱਜ ਸਭ ਤੋਂ ਜ਼ਿਆਦਾ ਲੰਬੇ ਵਾਲੇ ਨਾ ਦੇਈ ਆ ਪੁੱਤ, ਪੁੱਟ ਦੇ ਐਦਾਂ ਨਹੀਂ, ਮੈਂ ਤੈਨੂੰ ਦੱਸ। ਆ ਐਦਾਂ ਨਹੀਂ ਪੁੱਟੀਦਾ, ਫੜ 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 ਨਾ ਪੁੱਤ, ਵੱਡਿਆਂ ਦੇ ਨੇ ਸਕਾਈ ਦਾ ਨਾ, ਮਾਸੀ ਦੇ ਕੋਲ ਵੱਡ ਫੜ ਦੇ, ਫੜ ਦੇ, ਫੜ ਦੇ, ਪਟ ਦੇ ਰੁਦਰਾਂਸ਼ੀ। ਮੰਮਾ ਨੇ ਕਿੱਦਾਂ ਫੜਦਾ ਹੁੰਦਾ ਕਰਦੇ? ਨਹੀਂ ਨਹੀਂ ਨਹੀਂ, ਆਏ ਹੋਏ ਸਾਊ ਬੱਚਾ ਹੈ। ਨਹੀਂ ਓਦਾਂ, ਇੰਨਾ ਸਿਆਣਾ ਨਾ, ਇਹ ਵਾਲ ਤਾਂ ਬੁੱਟਦਾ ਹੀ ਨਹੀਂ। 15 ਮਿੰਟ ਹੋ ਗਿਆ ਇਹਨੂੰ। ਹਾਂ, ਪਰ ਅਜੇ ਤੱਕ ਪਾਪਾ ਪਾਪਾ ਕਹਿ ਕੇ ਬੋਲ, ਟੱਚ ਵੁੱਡ ਕਰ ਲਓ ਕਿਤੇ ਇਹਨਾਂ ਹੋਵੇ, ਬਾਹਰ ਹੁਣ ਰੋਣਾ ਸ਼ੁਰੂ ਕਰ ਦਵੇ, ਹੋਰ ਸਾਨੂੰ ਪਹੁੰਚਾਉਣਾ ਪੈ ਜਾਵੇ ਕਿ ਮੈਨੂੰ ਘਰਾਂ ਨੂੰ ਲੈ ਕੇ ਚੱਲੋ। ਵੈਸੇ ਤੁਸੀਂ ਸਾਰਿਆਂ ਨੇ ਬਾਕੀ ਵਲੌਗ 'ਚ ਦੇਖਿਆ ਹੀ ਹੋਣਾ ਮੈਂ ਕਿੰਨਾ ਹਰ ਜਗ੍ਹਾ 'ਤੇ ਜਾਂਦਾ ਵਾ ਅਤੇ ਰੌਲਾ ਤਾਂ ਪਾਉਂਦਾ ਹੀ ਹੈ ਨਾ। ਜੇ ਤੁਸੀਂ ਵਿਆਹ ਦਾ ਵਲੌਗ ਨਹੀਂ ਦੇਖਿਆ ਤਾਂ ਇੱਥੇ ਲਿੰਕ ਮਿਲ ਰਿਹਾ ਵਾ, ਤੁਹਾਨੂੰ ਉੱਥੇ ਜ਼ਰੂਰ ਵਿਆਹ ਦਾ ਵਲੌਗ ਦੇਖਿਓ। ਫੁਲਕੇ ਖਾਣੇ ਆ ਨਾ, ਫੁਲਕੇ ਖਾਣੇ ਸੀ? ਰੁਦਰਾਂਸ਼ ਮਾਸੀ ਕੋ ਤਾਂ ਆ ਹੀ ਗਿਆ ਹੈ ਮਾਸੀਏ, ਪੜ ਲੋ ਪੜ ਲੋ ਰੁਦਰਾਂਸ਼, ਫੈਨ ਚੱਲ ਰਹੇ ਵੋ ਦੇਖੀ ਰੁਦਰਾਂਸ਼ੀ, ਇਹਨਾਂ ਫੈਨ ਨੂੰ ਐਦਾਂ ਪਕੜਦਾ, ਐਦਾਂ ਪਕੜਦਾ ਫੈਨ ਰੁਦਰਾਂਸ਼ੀ, ਓਰੇ ਕਿੱਥੇ ਖੜਦਾ। ਤੇ ਚਲੋ
ਹੁਣ ਆਪਾਂ ਲੈਣੇ ਆ ਕੋਕ ਦੇ ਨਾਲ ਚਿਪਸ। ਵੈਸੇ ਅੱਜ ਮੈਨੂੰ ਸੋਹਣੀ ਲੱਗਦੀ ਆ ਹਨਾ, ਮੈਂ ਹੁਣੀ ਲੇਟੈਸਟ ਲੇਟੈਸਟ ਮੇਕਅਪ ਕਰਕੇ ਆਈ ਆ ਨਾ, ਕਿੱਦਾਂ ਦੀ ਲੱਗਦੀ ਆ? ਬਹੁਤ ਸੋਹਣੀ, ਥੈਂਕ ਯੂ। ਹਾਂਜੀ ਵਧੀਆ। ਫੋਨ ਆ ਗਿਆ, ਆ ਫੋਨ ਆਇਆ ਸੀਗਾ ਉਹਦਾ, ਕਹਿੰਦਾ ਕੱਲ ਆਊਗਾ। ਆ ਫੋਨ ਤਾਂ ਆਇਆ ਸੀਗਾ ਉਹਦਾ ਬਾਅਦ ਚ। ਹਾਂ ਉਹਦਾ ਹੀ ਆ ਗਿਆ। ਮੰਮਾ ਕਿੱਥੇ ਆ? ਚਾਰ ਟਿਕਟ ਪਹਿਲਾਂ ਕਿੰਨੀਆਂ ਟਿਕਟਾਂ ਕਰਕੇ ਆਏ, ਫਿਰ ਗਏ, ਦੋ ਜਣੇ ਆਏ, ਦੋ ਗਏ ਹੈ ਨਾ, ਫਿਰ ਹੁਣ ਚਾਰ ਜਣੇ ਆਣਗੇ, ਫਿਰ ਜਾਣਗੇ। ਰੁਦਰਾਂਸ਼ ਖੇਲੀ ਖੇਲੀ ਕਰਦਾ ਪਿਆ ਵਾ, ਖੇਲਦਾ ਖੇਲਦਾ ਪਿਆ, ਇੱਧਰ ਗੱਲਾਂ ਹੁੰਦੀਆਂ ਪਈਆਂ। ਤੇ ਰੁਦਰਾਂਸ਼ ਖੇਲੀ ਕਰਦਾ ਪਿਆ, ਹੁਣ ਮਿਕਸ ਹੋ ਗਿਆ ਜੀ, ਇਹ ਮਿਕਸ ਹੋ ਗਿਆ ਸੀ ਸਾਰਿਆਂ ਦੇ ਨਾਲ। ਖਾਣ ਪੀਣ ਦਾ ਸਮਾਨ ਆਇਆ, ਕੀ ਆਇਆ ਮਾਮੀ ਜੀ? ਕੀ ਆਇਆ? ਪਕੌੜੇ ਸ਼ਕੌੜੇ ਦਰਾਂਸ਼ ਇੱਧਰ ਆਈ ਹੈ ਨਾ, ਨਾਲ ਇੱਧਰਲੇ ਪਾਸੇ ਚਾਹ ਰੱਖੀ ਹੋਈ ਹੈਗੀ ਹੈ, ਨਾਲ ਇੱਧਰ ਤੀਰਾਂ। ਮਾਮੀ ਕੀ ਲਿਆਂਦੀ ਹੈ? ਟਿੱਕੀਆਂ ਮਾਮੀ ਕਿੱਥੇ ਲੁਕ ਕੇ ਬੈਠੇ ਆ? ਮਾਮੀ ਖਾਓ ਵੀ, ਖਾ ਲੋ, ਇੱਧਰ ਵੀ ਖਾਧੀ ਜਾ ਰਹੀ ਹੈ। ਹਾਂ ਪਾਪਾ, ਪਾਪਾ ਕਿੱਥੇ ਆ? ਕਿੱਥੇ ਪਾਪਾ? ਰੁਦਰਾਂਸ਼ ਵੀ ਟਿੱਕੀ ਖਾ ਰਿਹਾ ਵਾ, ਮੈਂ ਵੀ ਖਾਣੀ ਆ, ਹੈ ਨਾ ਰੁਦਰਾਂਸ਼? ਉਹ ਬੈਠੇ ਆ। ਮੰਮੀ ਖਾ ਲਈ ਤੁਸੀਂ? ਹਾਂ, ਮੰਮੀ ਨੇ ਤਾਂ ਸਾਈਡ 'ਤੇ ਕਰਤੀ, ਕਿਉਂਕਿ ਮੰਮੀ ਨੂੰ ਬਹੁਤ ਮਿਰਚ ਲੱਗਦੀ ਪਈ ਆ, ਹੈ ਨਾ, ਇੰਨੀ ਸਪਾਈਸੀ ਆ ਮੰਮੀ। ਨੱਕ 'ਚ ਪਾਣੀ ਨਿਕਲਦਾ ਪਿਆ, ਮਿਰਚ ਤਾਂ ਨਹੀਂ ਹੈ, ਮਿਰਚ ਤਾਂ ਨਹੀਂ ਹੈਗੀ, ਨਹੀਂ। ਤੇ ਫਿਰ ਮੰਮੀ ਤੁਹਾਡਾ ਨੱਕ ਚੋਂ ਪਾਣੀ ਕਿਉਂ ਨਿਕਲਦਾ ਪਿਆ? ਜੋ ਸਪਾਈਸੀ ਹੈਗੀ, ਅੱਖਾਂ ਤੋਂ ਪਤਾ ਲੱਗਦਾ ਪਿਆ। ਹੋਰ ਇੱਕ ਪਾਣੀ ਮੰਗਦੇ ਸਪਾਈਸੀ, ਇਹਨਾਂ ਨੂੰ ਵੀ ਪਾਣੀ ਚਾਹੀਏ, ਪਾਣੀ ਤੇ ਪੀਣੀ ਹੀ ਮਿਲਦਾ ਹੀ ਨਹੀਂ। ਹਾਂ ਮਾਮੂਲੀ ਜੀ ਭਾਈ ਲਾਗੇ ਹਾਂ ਜੀ, ਤੇ ਚਲੋ ਅਸੀਂ ਵੀ ਖਾਈਏ, ਖਾਣੇ ਆ ਜੀ, ਖਾਣੇ ਆ, ਲਿਆ ਖਾ ਕੇ ਦੇਖੀਏ। ਰੁਦਰਾਂਸ਼ ਲੈ, ਪਾਣੀ ਦੀ ਬੋਤਲ ਰੱਖੀ, ਆ ਵੇ ਰੁਦਰਾਂਸ਼, ਟੇਸਟੀ ਆ। ਹਾਈ ਨਾਨੀ ਦਾ ਪਿਆਰ ਦਿਖ ਰਿਹਾ ਹੈ ਨਾ, ਇਹ ਨਾਨੀ ਦਾ ਪਿਆਰ। ਓਏ ਰੁਦਰਾਂਸ਼,
ਲੈ ਮਸਤੀ ਤਾਂ ਇੱਥੇ ਕੀ ਕੀਤੀ ਹੈ? ਆਹੋ ਇੱਥੇ ਮਸਤੀ ਹੈ। ਮੈਨੂੰ ਤਾਂ ਬੜਾ ਟਾਈਮ ਕਹਿੰਦੇ ਬਾਰਾ ਤੁਸੀਂ ਏਦਾਂ ਕਹਿ ਨਹੀਂ ਆਉਂ ਪੰਜ ਟਿਕਟਾਂ ਕਿਤੇ ਦੇ ਲਾ ਰਿਹਾ ਅੱਜ ਤਾਂ ਇਹ ਨਹੀਂ ਹੈਗੇ ਸੀ ਜੇ ਸ਼ਿਨੂ ਵਰਗਾ ਹੁੰਦਾ ਉਹਨੇ ਤਾਂ ਦੋ ਗੜੇ ਕਢਾ ਲਿਆ ਲੈ ਜਾਣਾ ਸੀ ਤਾਂ ਸ਼ਿਕਾਇਤ ਰਹਿੰਦੀ ਹੈ ਕਿ ਕਾਲ ਨਹੀਂ ਕਰਦੀ ਲੋਕਾਂ ਨੂੰ। ਚਲੋ ਅੱਛਾ ਰੁਦਰਾਸ਼ ਵੀ ਇੱਥੇ ਟਿਕਿਆ ਰਿਹਾ ਬਹੁਤ ਵਧੀਆ ਰਿਹਾ ਅੱਜ ਬੋਡਾ ਸਾਡਾ ਪੁੱਤਰ ਜੀ ਨੇ ਕੁਛ ਨਹੀਂ ਕੀਆ ਆਰਾਮ ਨਾਲ ਟਿਕੇ ਰਹੇ ਆ ਅੱਜ ਵੀ ਕਹਿ ਰਿਹਾ ਕੋਈ ਸਾਨੂੰ ਬਹੁਤ ਡਰ ਸੀਗਾ ਕਿ ਇਹ ਟਿਕੇਗਾ ਨਹੀਂ ਇਹ ਨਾਨੀ ਮੰਮਾ ਨੇ ਡਰਾ ਕੇ ਬਹੁਤ ਰੱਖਿਆ ਸੀ ਰੁਦਰਾਸ਼ ਨੂੰ ਨਹੀਂ ਮੈਂ ਤਾਂ ਕੋਈ ਨਹੀਂ ਡਰਾਇਆ ਉਹ ਤਾਂ ਮੇਰੇ ਕੋਲ ਗੋਦੀ ਚੰਗਾ ਰਿਹਾ ਹਾਂ ਮੇਰਾ ਪੁੱਤ ਹਾਂਜੀ ਹਾਂਜੀ ਬਸ ਹੁਣ ਇਹਨੂੰ ਇਹ ਡਰ ਪੈ ਗਿਆ ਕਿ ਹੁਣ ਮੰਮਾ ਪਾਪਾ ਨਿਕਲਣ ਲੱਗੇ ਆ ਨਾਨੂ ਦੀ ਤਿਆਰੀ ਆ ਨਾਨੂ ਵੀ ਬਾਈਕ ਤੇ ਬੈਠਣ ਲੱਗੇ ਆ ਧਿਆਨ ਉਹਦਾ ਬਾਹਰ ਹੀ ਆ ਠੀਕ ਕੋਈ ਨੀ ਕੋਈ ਹਾਂਜੀ ਗਾਇਸ ਤਾਂ ਹੁਣ ਅਸੀਂ ਮਾਮੀ ਜੀ ਦੇ ਘਰੋਂ ਵਾਪਸ ਘਰ ਆ ਗਏ ਹੋਏ ਹਾਂ ਬਟ ਮੈਂ ਆਈ ਹਾਂ ਆਪਣੀ ਮੰਮੀ ਦੇ ਘਰ ਰਹਿਣ ਵਾਸਤੇ ਅਤੇ ਹੁਣ ਜਿਹੜੇ ਵਲੋਗ ਹੋਣਗੇ ਇੱਥੋਂ ਦੇ ਸਟਾਰਟ ਹੋਣਗੇ ਅਤੇ ਬਸ ਅੱਜ ਦੇ ਵਲੋਗ 'ਚ ਬਸ ਇੰਨਾ ਹੀ ਜੇ ਤੁਹਾਨੂੰ ਬਾਕੀ ਵਲੋਗ ਵਧੀਆ ਲੱਗੇ ਤਾਂ ਇਹਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਚੈਨਲ 'ਤੇ ਨਵੇਂ ਆਏ ਹਾਂ ਸਬਸਕ੍ਰਾਈਬ ਬਿਨਾਂ ਕਿਤੇ ਬਿਲਕੁਲ ਨਹੀਂ ਜਾਣਾ ਮਿਲਾਂਗੇ ਆਪਾਂ ਇੱਕ ਹੋਰ ਨਵੇਂ ਇੰਟਰਸਟਿੰਗ ਵੀਡੀਓ ਦੇ ਨਾਲ ਟਿਲ ਦੈਨ ਚਿਕਨ ਬਾਏ ਅਤੇ ਮੈਨੂੰ ਇਹ ਵੀ ਕਮੈਂਟਸ ਜ਼ਰੂਰ ਦੱਸਿਓ ਕਿ ਤੁਹਾਨੂੰ ਮੇਰੇ ਮਾਮੀ ਜੀ ਦਾ ਘਰ ਕਿੱਦਾਂ ਹੋ ਰਿਹਾ ਹਾਲੇ ਮਤਲਬ ਪੂਰਾ ਹੋਮ ਟੂਰ ਤੋਂ ਦਿਖਾਇਆ ਨਹੀਂ ਹੈਗਾ ਬਟ ਮੈਨੂੰ ਵਾਲਪੇਪਰ ਨਾ ਬਹੁਤ ਅੱਛਾ ਡਿਜ਼ਾਇਨ ਕਰਵਾਇਆ ਮਿਲਾਂਗੇ ਆਪਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਟਿਲ ਦੈਨ ਚਿਕਨ ਬਾਏ।